ਜਾਵੇ ਉਹ ਇਮਰਾਨ ਆਸੀ ਸਾਹਿਬ ਅਕਸਰ ਬਿਆਨ 'ਚ ਇੱਕ ਜੁਮਲਾ ਫਰਮਾਉਂਦੇ ਨਾ ਕਿ ਸਾਡੇ ਸਿਆਲਕੋਟ ਦੇ ਇੱਕ ਲਾਮਾ ਸਾਹਿਬ ਹੋਏ ਨੇ ਹਜ਼ਰਤ ਯੂਸਫ ਬੜੇ ਪਾਏ ਦੇ ਆਲਮ ਦੀਨ ਤੇ ਯੂਸਫ ਫਰਮਾਉਂਦੇ ਨੇ ਕਿ ਮੈਨੂੰ ਲੋਕੀ ਬੜੇ ਅਲਕਾਬਾਦ ਨਾਲ ਨਮਾਜ਼ ਤੇ ਮੁਫਤੀ ਸਾਹਿਬ ਕਹਿੰਦੇ ਪੀਰ ਸਾਹਿਬ ਕਹਿੰਦੇ ਲੋਕੋ ਅੱਲਾ ਦੀ ਕਸਮ ਮੈਨੂੰ ਠੰਡ ਨਹੀਂ ਪੈਂਦੀ ਫਰਮਾਉਂਦੇ ਜਦੋਂ ਮੈਂ ਰਾਤ ਨੂੰ ਬਿਆਨ ਕਰਕੇ ਘਰ ਜਾਂਦਾ ਸਾਂ ਨਾ ਤੇ ਮੈਂ ਦਸਤਕ ਦਿੰਦਾ ਸਾਂ ਫਰਮਾਉਂਦੇ ਅੱਲਾ ਦੀ ਕਸਮ ਲੋਕੋ ਸਾਰੇ ਸੁੱਤੇ ਹੁੰਦੇ ਸਨ ਮੇਰੀ ਵਡੇਰੀ ਜੀ ਮਾਈ ਜਾਗਦੀ ਸੀ ਤੇ ਮੈਂ ਜਦੋਂ ਦਸਤਕ ਦਿੰਦਾ ਸਾਂ ਨਾ ਤੇ ਮਾਂ ਮੈਨੂੰ ਪਤਾ ਕੀ ਕਹਿੰਦੀ ਸੀ ਵੇ ਯੂਸਫਾ ਆ ਗਿਆ ਵੇ ਯੂਸਫਾ ਆ ਗਿਆ ਫਰਮਾਉਂਦੇ ਮੈਨੂੰ ਮੁਫਤੀ ਤੇ ਪੀਰ ਨਾਲ ਠੰਡ ਨਹੀਂ ਸੀ ਪੈਂਦੀ ਜਦੋਂ ਮਾਂ ਰਾਤੀ 1 ਵਜੇ ਕਹਿੰਦੀ ਸੀ ਨਾ ਵੇ ਯੂਸਫਾ ਆ ਗਿਆ ਮੇਰਾ ਕਲੇਜਾ ਠਰ ਜਾਂਦਾ ਸੀ ਤੇ ਜਦੋਂ ਮਾਂ ਮਰ ਗਈ ਨਾ ਤੇ ਗਲੀ ਦੀਆਂ ਨੁਕਰਾਂ ਨਾਲ ਅਲੱਗ ਅਲੱਗ ਰੋਣ ਤੇ ਲੋਕਾਂ ਨੇ ਆਖਿਆ ਲਾਮਾ ਸਾਹਿਬ ਕੋਈ ਗੱਲ ਨਹੀਂ ਚੱਲੋ ਚੱਲੀ ਦਾ ਮੇਲਾ ਸਾਰਿਆਂ ਜਾਣਾ ਤੇ ਲਾਮਾ ਸਾਹਿਬ ਫਰਮਾਉਂਦੇ ਉਹ ਤੇ ਠੀਕ ਹੈ ਚੱਲੋ ਚੱਲੀ ਦਾ ਮੇਲਾ ਪਰ ਮੈਂ ਰੋਣਾ ਗਾਵਾਂ ਮੈਨੂੰ ਰਾਤੀ ਯੂਸਫਾ ਕੌਣ ਆਖੇ ਅਸੀਂ ਕਹਿੰਦੇ ਹਾਂ ਨਾ ਸਾਨੂੰ ਨਬੀ ਨਾਲ ਪਿਆਰ ਹੈ ਭਾਈ ਸਾਹਿਬ ਆਖਣਗੇ ਮੈਨੂੰ ਨਬੀ ਨਾਲ ਪਿਆਰ ਹੈ ਭਾਈ ਹੋਰੀ ਆਖਣਗੇ ਮੈਨੂੰ ਨਬੀ ਨਾਲ ਪਿਆਰ ਹੈ ਕਾਰੀ ਸਾਹਿਬ ਆਖਣਗੇ ਮੈਨੂੰ ਨਬੀ ਨਾਲ ਪਿਆਰ ਹੈ ਤੁਸੀਂ ਸਾਰੇ ਆਖੋਗੇ ਸਾਨੂੰ ਨਬੀ ਨਾਲ ਪਿਆਰ ਹੈ ਲੇਕਿਨ ਉਹ ਆਸ਼ਕੋ ਅਵੈਸ ਉਹ ਆਸ਼ਕ ਜਿਹਨੂੰ ਮੇਰੇ ਜ਼ੋਰ ਫਰਮਾਇਆ ਮੈਨੂੰ ਅਵੈਸ ਨਾਲ ਪਿਆਰ ਹੈ ਮੈਨੂੰ ਅਵੈਸ ਨਾਲ ਪਿਆਰ ਹੈ ਮੇਰੇ ਹਜ਼ੂਰ ਦੇ ਗੁਲਾਮ ਹੋਏ ਤਾਂ ਵੈਸੇ ਕਰਨੀ ਇੱਕ ਦਿਨ ਮਾਂ ਦੀਆਂ ਲੱਤਾਂ ਦਬਾ ਰਹੇ ਨੇ ਅਤੇ ਦਬਾਉਂਦਿਆਂ ਨਾ ਅੱਖਾਂ 'ਚੋਂ ਥਰੂ ਆ ਗਏ ਅਤੇ ਮਾਂ ਅੱਖਾਂ ਤੋਂ ਨਬੀ ਨਹੀਂ ਹੈ ਨਜ਼ਰ ਕੁਝ ਨਹੀਂ ਆਉਂਦਾ ਤੇ ਮਾਂ ਕਹਿੰਦੀ ਹੈ ਵੇ ਅਵੈਸ ਵੇ ਕਿਉਂ ਰੋਣਾ ਆਖਿਆ ਮਾਂ ਕੁਝ ਨਹੀਂ ਆਖਿਆ ਪੁੱਤਰ ਨਾ ਨਾ ਪੁੱਤਰ ਤੇ ਚੌਥੀ ਗਲੀ 'ਚ ਵੀ ਰੋਂਦਾ ਹੋਵੇ ਤਾਂ ਮਾਵਾਂ ਨੂੰ ਪਤਾ ਲੱਗ ਜਾਂਦਾ ਵੇ ਕਿਉਂ ਰੋਣਾ ਆਖਿਆ ਅੰਮਾ ਨਬੀ ਦੀ ਯਾਦ ਆ ਗਈ ਹੈ ਜੇ ਤੂੰ ਆਖੇ ਤਾਂ ਮੈਂ ਨਬੀ ਦੀ ਦੀਦ ਨਾ ਕਰ ਆਵਾਂ ਮੈਂ ਨਬੀ ਨਾ ਵੇਖ ਆਵਾਂ ਆਖਿਆ ਪੁੱਤਰ ਤੈਨੂੰ ਪਤਾ ਮੈਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਵੇ ਬੱਚਿਆ ਮੈਨੂੰ ਰੋਟੀ ਕੌਣ ਦੇਵੇਗਾ ਮੈਨੂੰ ਪਾਣੀ ਕੌਣ ਦੇਵੇਗਾ ਅੱਖਾ ਅੰਮਾ ਠੀਕ ਹੈ ਮੈਂ ਨਹੀਂ ਜਾਂਦਾ ਮਾਂ ਦੀ ਖਿਦਮਤ ਕਰਦੇ ਰਹੇ ਚੰਦ ਮਹੀਨੇ ਗੁਜ਼ਰੇ ਅਤੇ ਫਿਰ ਮਾਂ ਦੀਆਂ ਲੱਤਾਂ ਦਬਾਉਣ ਲੱਗ ਪਏ ਦਬਾਉਂਦਿਆਂ ਦਬਾਉਂਦਿਆਂ ਨਾ ਫਿਰ ਅੱਖਾਂ 'ਚ ਉੱਥੋਂ ਆ ਗਏ ਯਾਰ ਉਹ ਕੈਸਾ ਆਸ਼ਕ ਸੀ ਜਿਹਨੇ ਹਲੇ ਨਬੀ ਤੱਕਿਆ ਵੀ ਨਹੀਂ ਅਤੇ ਇੰਨਾ ਤੜਪਦਾ ਨਬੀ ਵਾਸਤੇ ਇੰਨਾ ਤੜਪਦਾ ਬਲਕਿ ਮੀਆਂ ਸਾਹਿਬ ਰਹਿਮਤ ਅੱਲਾਹ ਤਾਲਾ ਜਦੋਂ ਇਸ ਪਾਸੇ ਵੱਲ ਗਏ ਨਾ ਤਾਂ ਮੀਆਂ ਸਾਹਿਬ ਕਲਮ ਹੀ ਤੋੜ ਦਿੱਤੀ ਸੁਣਾ ਦੇਵਾਂ ਹਾਏ ਮੈਂ ਤੁਹਾਡੇ ਤੋਂ ਸਦਕੇ ਜਾਵਾਂ ਯਾਰ ਇੰਜ ਤੇ ਨੌਚੀ ਆਖੋ ਫਿਰ ਮੈਂ ਧੁੱਪੇ ਬੈਠਾ ਵਾਂ ਮੈਂ ਧੁੱਪ ਨਹੀਂ ਮਹਿਸੂਸ ਕਰ ਰਿਹਾ ਮੈਂ ਇਸ਼ਕ ਦੀ ਗਰਮੀ ਮਹਿਸੂਸ ਕਰ ਰਿਹਾ ਬਾਬਾ ਬੁੱਲੇ ਸ਼ਾਹ ਨੇ ਫਰਮਾਈ ਇਸ਼ਕ ਤੇ ਅੱਗ ਹਨ ਦੋਵੇਂ ਬਰਾਬਰ ਪਰ ਇਸ਼ਕ ਦਾ ਸੇਕ ਵਧੇਰਾ ਅੱਗ ਸਾੜੇ ਕੱਖ ਤੇ ਕਾਨੇ ਪਰ ਯਾਰੋ ਇਸ਼ਕ ਸਾੜੇ ਤਨ ਮੇਰਾ ਅੱਗ ਦਾ ਦਾਰੂ ਪਾਣੀ ਬਣਿਆ ਪਰ ਯਾਰੋ ਇਸ਼ਕ ਦਾ ਦਾਰੂ ਕਿਹੜਾ ਬੁੱਲੇ ਸ਼ਾਹ ਜਿੱਥੇ ਇਹਨੇ ਲਾਇਆ ਡੇਰਾ ਉੱਥੇ ਕੱਖ ਨਹੀਂ ਰਹਿੰਦਾ ਤੇਰਾ ਤੇ ਮੇਰਾ ਇਸ਼ਕ ਦੀ ਗਰਮੀ ਪੈਦਾ ਕਰੋ ਇਸ਼ਕ ਦੀ ਗਰਮੀ ਪੈਦਾ ਕਰੋ ਅਤੇ ਮੈਂ ਮੀਆਂ ਸਾਹਿਬ ਦੇ ਦਰਬਾਰ 'ਤੇ ਲੈ ਕੇ ਚੱਲਾਂ ਜਿਹਨੇ ਜਾਣਾ ਉੱਚੀ ਆਖਿਓ ਸੁਭਾਨ ਅੱਲਾਹ ਮੈਂ ਤੁਹਾਡੇ ਤੋਂ ਸਦਕੇ ਜਾਵਾਂ ਜੀ ਕਿਆ ਬਾਤ ਹੈ ਤੁਹਾਡੇ ਤੋਂ ਵੀ ਸਦਕੇ ਜਾਵਾਂ ਹੋਰ ਪਿਛਲੇ ਬੰਦੇ ਨਹੀਂ ਕਹਿੰਦੇ ਸੁਭਾਨ ਅੱਲਾਹ ਤੁਸੀਂ ਵੀ ਆਖੋ ਸੁਭਾਨ ਅੱਲਾਹ ਇਸ ਲਈ ਤਾਂ ਮੀਆਂ ਸਾਹਿਬ ਫਰਮਾਉਂਦੇ ਨੇ ਹਿਜਰਤ ਰਾਜੇ ਹਿਜਰਤ ਰਾਜੇ ਵਈ ਪਾਣੀ ਮੰਗੇ ਖੂਨ ਨਾ ਦੇ ਕਿਹੜਾ ਤੇ ਜੀ ਕਰਦਾ ਤੈਨੂੰ ਸਾਹਮਣੇ ਬਿਠਾ ਕੇ ਤੇ ਮੈਂ ਦਰਦ ਪੁਰਾਣੇ ਛੇ ਅੱਜ ਤਾਂ ਵੈਸੇ ਕਰਨੀ ਮਾਂ ਦੀਆਂ ਲੱਤਾਂ ਤੋਂ ਬਾਅਦ ਰੋਣ ਆਖਣ ਅੰਮਾ ਨਬੀ ਦੀ ਦੀਦ ਕਰ ਆਵਾਂ ਆਖਿਆ ਪੁੱਤਰ ਤੂੰ ਚੰਦ ਮਹੀਨੇ ਪਹਿਲੇ ਵੀ ਇਹ ਸਵਾਲ ਕੀਤਾ ਸੀ ਫਿਰ ਇਹੀ ਕਹਿਣਾ ਆਖਿਆ ਮਾਂ ਮੈਂ ਸੋਚਣਾ ਵਾਂ ਉਹ ਕਿੱਡੇ ਮੁਕੱਦਰਾਂ ਵਾਲੇ ਅਬੂ ਬੱਕਰ ਹੋਣਗੇ ਜਿਹੜੇ ਨਬੀ ਦੀ ਦੀਦ ਕਰਦੇ ਹੋਣਗੇ ਉਹ ਕਿੱਡੇ ਮੁਕੱਦਰਾਂ ਵਾਲੇ ਉਮਰ ਪਾਕ ਹੋਣਗੇ ਜਿਹੜੇ ਨਬੀ ਦੇ ਕੋਲ ਬਹਿੰਦੇ ਹੋਣਗੇ ਅੰਮਾ ਉਸ ਮਾਨ ਦੀ ਕੀ ਸ਼ਾਨ ਹੋਵੇਗੀ ਜਿਹੜੇ ਜ਼ੋਰ ਨੂੰ ਤੱਕਦੇ ਹੋਣਗੇ ਅੰਮਾ ਲਈ ਦਾ ਕੀ ਮੁਕਾਮ ਹੋਵੇਗਾ ਜਿਹੜੇ ਹਜ਼ੂਰ ਦੇ ਹੱਥਾਂ ਦੇ ਬੋਸੇ ਲੈਂਦੇ ਹੋਣਗੇ ਅੰਮਾ ਜੇ ਤੂੰ ਮੈਨੂੰ ਵੀ ਕਵੇਂ ਤਾਂ ਮੈਂ ਨਬੀ ਨਾ ਵੇਖਾਵਾਂ ਮਾਂ ਨੂੰ ਪਤਾ ਲੱਗ ਗਿਆ ਇਹਦੇ ਅੰਦਰ ਇਸ਼ਕ ਦੀ ਅੱਗ ਦਾ ਭਾਂਬੜ ਤੇਜ਼ ਮਚਿਆ ਇਹਨੇ ਨਹੀਂ ਮੁੰਨਾ ਮਾਂ ਕਹਿੰਦੀ ਪੁੱਤਰ ਜਾ ਤੇ ਪੁੱਤਰ ਛੇਤੀ ਜਾਈ ਤੇ ਛੇਤੀ ਆ ਜਾਈ ਅਗਰ ਨਬੀ ਮਿਲਣ ਤਾਂ ਠੀਕ ਹੈ ਅਗਰ ਨਾ ਮਿਲਣ ਤਾਂ ਪੁੱਤਰ ਉੱਥੇ ਰੁਕੀ ਨਾ ਵਾਪਸ ਆ ਜਾਈ ਉੱਥੇ ਰੁਕੀ ਨਾ ਵਾਪਸ ਆ ਜਾਈ ਹਜ਼ਰਾਤ
जो आशिक इजाजत मिली ना मां को आशिक निकलिया तो मदीने दियां गलियां च जनाब आया तो नल रोवे तो नल मदीने दियां छोटियां छोटियां गलियां दे बच्चियां नू खेड़दियां नू सीने ला के ना आखियो तुसीं किड्डा किड्डे मुकद्दरां वाले हो तुसीं मेरे सोहणे यार दे शहर विच वसदे हुजरा पाक ते आए आके दस्तक दिती अंदरों आवाज आई कौन है वैसे करनी कहंदे मैं वैसा आवा अम्मा आयशा फरमांदियां किवें आयो मैं हजूर की दीद करना है वा अम्मा आयशा फरमांदियां हजूर ते बार गए ने उन्हें शामी आना वे तुसी मस्जिद च बैठ जाओ जदू हजूर शामी आ जाएंगे आका दा दीदार कर लियो अते वैसे करनी दियां खजू थ्रू आ गए ते रो के कहंदे सोनिया सोनिया मैं ते तन्नू मिलन आया सा सोनिया आ जा सोनिया आ जा हजरात मां दी गल याद आ गई पुत्र नबी मिले ते ठीक है अगर नबी ना मिले ते वापस आ जाई हजरात दिल विच ख्याल आया नबी ते होरे आना कि नहीं आना अम्मा आयशा नू फरमांदे ने अम्मा जी अगर तुसी इजाजत देवो ते जिथे मेरे आका बैंदे ने मैं उस जगह दा तवाफ कर ला मां कहंदी आ जाओ अते वैसे करनी अंदर गए ने हजरात जिथे मेरे हजूर बैंदे ने उस जगह दा तवाफ करदे ने नाले छम छम रोंदे ने नाले आंदे सोनिया आ जा सोनिया आ जा इन्हां नानू उडीक रहिंदी तेरी है तू केड़े वेले आउणा सोनिया इन्हां नानू उडीक रहिंदी तेरी है तू केड़े वेले आउणा सोनिया हुण जिंदगी दे सामुक चले ने तू कदों फेरा पाना सोनिया अदरात ते वैसे करनी रोंदिया रोंदिया वापस आ गए आके मां दियां लत्तां दबारे ने अखां विचों हंजू आ गए मां कहंदी है ओए अवैस क्यों रोना है आखे अम्मा नबी दी दीद नहीं होई नबी दा दीदार नहीं होया हजरात अज मां दी वी चीख निकली मां ने पुत्र नु सीने ला के इंज करके दुपट्टा चुकिया ते रो के कहंदी अवैस वे पुत्रा चुप कर जा एक वेला आ जाना वे पुत्रा जदू अबू बकर आखेगा ओए लोको नबी मेरा यार है उमर आखेगा ओए लोको नबी मेरा यार है उस्मान आखेगा ओए लोको नबी मेरा यार है अली आखेगा अब्दुर्रहमान आखेगा सहाबी आखणगे ताबी आखणगे तबा ताबी आखणगे ओ पुत्र गौस आखणगे अब्दाल आखणगे ओ पुत्रा जदू सारी दुनिया आखेगी ओए लोको नबी साडा यार है मैं दुआ करनी हां उस वेले नबी आखेगा दुनिया वाले ओ तुसी मेरे यार सुन लो मैं अवैस दा यार सुन लो मैं अवैस दा यार आ मां ने अंज करके चोली चुकी आख्या पुत्र फिक्र ना कर सुन लो पुत्रा एक वेला आना है नबी आखेगा जाओ करन विच मेरे वैस करो मेरी गुनागार उम्मली दुआ कराया
वेला आवेगा। अज नौजवान ते अपनी मां नूं झिड़कियां दिंदा ना, मां आखे पुत्र पानी लिया दे, या कोई बाप आखे पानी ला दे, हूं हूं करके बोलने ना कुरान च, उफ भी ना करो, उफ भी ना करो। अज असीं अपने मां प्यो की कदर भुल गए, अल्लाह की इज्जत की कसम, उन्हां नूं पुछो जिन्हां की मां कोई नहीं, किवें कंधां नाल अलग अलग रोंदे जे, ਕਿਵੇਂ ਕੰਧਾਂ ਨਾਲ ਅਲੱਗ ਅਲੱਗ ਰੋਂਦੇ ਨੇ, ਉਹਨਾਂ ਨੂੰ ਪੁੱਛੋ। ਔਰ ਬਦਕਿਸਮਤੀ ਦੇ ਨਾਲ ਮੈਂ ਗੱਲ ਕਰਨਾ ਜ਼ਰੂਰੀ ਸਮਝਾਂਗਾ, ਸਾਡੇ ਮੈਂਬਰਾਂ ਦੇ ਉੱਤੇ ਮਾਂ ਦੀ ਸ਼ਾਨ ਤੇ ਬਿਆਨ ਹੁੰਦੀ ਹੈ, ਬਾਪ ਦੀ ਕੋਈ ਨਹੀਂ ਕਰਦਾ, ਲੇਕਿਨ ਅੱਲਾਹ ਦੀ ਇੱਜ਼ਤ ਦੀ ਕਸਮ ਹੈ ਜਿੰਨੀ ਮਾਂ ਦੀ ਸ਼ਾਨ ਹੈ ਉਨਾ ਹੀ ਬਾਪ ਦਾ ਮਕਾਮ। ਰੱਬੇ ਕਾਬਾ ਦੀ ਕਸਮ ਹੈ, ਜਦੋਂ ਚਿੱਟੀ ਦੜੀ ਵਾਲਾ ਬਾਬਰ ਰਾਤੀ ਉੱਠ ਕੇ ਤਜਦ ਵੇਲੇ ਕੰਬਦੇ ਕੰਬਦੇ ਹੱਥਾਂ ਨਾਲ ਦੁਆਵਾਂ ਕਰਦਾ ਨਾ, ਰੱਬ ਦਾ ਅਰਸ਼ ਵੀ ਹਿੱਲ ਜਾਂਦਾ, ਰੱਬ ਦਾ ਅਰਸ਼ ਵੀ ਹਿੱਲ ਜਾਂਦਾ। अज बाप खंग लवे, कहना बाबा तेरी खंग तू भी लर्जी है, अपना कमरा लैदा कर ले। मैं क्या बदबख्त हो पुत्र, जड़ा अपने बाप नु आखे तेरी खंग तू भी लर्जी। एक नौजवान अपनी बीवी दे आखे लग के अपने बाप नु कहना बा तू लैदा हो जा, बीवी कहन लगी मैं तेरे घर वसना ही ता जो बाप नु कड्डे ते। नौजवान ने अपने बाप नु उंगली तू पकड़िया, व्हील चेयर ते बाप तुर भी नहीं सकता, व्हील चेयर ते बिठाया, लिया के जंगल छड़ दिता, उत्ते कंबल पाता, बा इत्थे ही रहना ही। बुड्ढा बाप कहेगा पुत्र कि आसरे ते छड़ चले, आख्या अब्बा मैनू नहीं पता, बस इत्थे रहने। जो बाप दे उत्ते कंबल दिता ते वापस आन लगा ना, ते पुत्र भी नाल सी, उस नौजवान दा उस बाबे दा पोतरा भी नाल सी, ते पोतरे ने बाप दी उंगली छुड़ाई ते सीधा दादे कोल गया, ते दादे कोल जाके ना कंबल दे दो हिस्से कीते, एक दादे दे गोडियां ते दे दिता ते दूसरा इंज कच्छ थले ला लिया, ते आके ना फिर बाप दी उंगली फड़ ली। जो बाप दी उंगली फड़ी ना, ते बाप कहन लगा वे बेटा ऐ की कीता, दादे तू कंबल फोड़ लिया आंदा ई, आख्या अब्बा कल वेला तेरा भी आ जाए, जिम्मे तू देख के आया कल मैं भी तो तेन इंज ही लैके आना है। मेरे हजूर दे गुलामो, जो बीजना जी वो वढ़ना जी, अज जी का सलूक करांगे कल उइंदा साडे नाल होवेगा। नौजवान एक गोह दे उत्ते चढ़ के ना इट्टां पिया लावे, ते वडेरा जिहा बाबा चिट्टी दाड़ी वाला उत्थों लंघिया, ते पुत्र नूं गवारा ना कीता, ते वडेरा जिहा बाबा जी नौजवान इट्टां पिया लांदा, आख्या पुत्र थले आ जा, गर्मी बड़ी है, लोडे वाले इट्टां ला लई, मिस्त्रियां दा काम करदा सी, ते दूजे मजदूर भी नाल, ते पुत्र ने तुहीन समझी कि मेरे प्यो ने मैनूं इन्हें बंदे च कहता थले आ जा बिस्ती कर, कहन लगा अब्बा चला जा तेरा ते दिमाग खराब है, पता नहीं मैं काम लगा वा। बाबा दी अखां चो उतरू है ते बाबा चला गया। चंद महीने गुजरे ते उहदा भी पुत्र होया ना, जदों उहदा भी पुत्र होया ते दादे ने ना इंज करके पोतरे नूं चुकिया ते बाहर लियांदा, ते पुत्र उंज इट्टां पिया लावे, ते जदों पोतरे नूं धुप च लियांदा ना, ते उत्तों प्यो दी नज़र पई, कहण लगा बा की करना पिया, पुत्र नूं गर्मी लगदी है, इहनूं छावें लै जा। ते बाप दी चीख निकली, फरमाया पुत्र इंज मैं भी कहना सा, तैनूं गर्मी लगदी है, छावें हो जा। मेरे मुस्तफा करीम सल्लल्लाहु अलैहि वसल्लम दे गुलामो, दर्द दिल रखण वाले हो, अज अपने मां प्यो की कदर करो। हज़रत मूसा अलैहि सलातो सलाम रब ना कोहे तूर ते गल्ला करदे सन ना, ते अल्लाह जदों कलाम करन वास्ते जांदे सन ते बिला झिझक जांदे सन, ते जदों मां मर गई ना, हज़रत मूसा अलैहि सलातो सलाम आए गल्ला करन, ते अल्लाह फरमा मूसा अज संभल के आवी, अज ध्यान ना लावी, या अल्लाह अगे भी आंदा रहा, अज भी उंजे ही आया, पहले कदी नहीं आख्या। फरमा पहले तेरी मां जिंदा सी, जदों तू मेरे को आना सी ना, मां ज करके झोली चुकदी सी ते कहंदी सी रब्बा मेरा मूसा तेरे नाल गल्लां करदा, जे कोई गलती हो जांदी है ते माफी दे दे। पुत्र भावे चोर भी होवे, भावे जमाने का डकैत भी होवे, ते पुत्र जदों बाहर निकले ना, ते मां कहंदी है शाला तेन तत्ती वाह ना लगे, शाला खैरी जावे। और इमरान आसी साहब अक्सर बयान च एक जुमला फरमाते ना कि साढ़े सियालकोट के एक लामा साहब होए ने हजरत यूसुफ, बड़े पाए दे आलमे दीन, ते यूसुफ फरमाते ने कि मैनू लोग बड़े अलकाबाद नाल नवाजते, मुफ्ती साहब कहते, पीर साहब कहते, कहते लोगो अल्लाह की कसम मैं ठंड नहीं पैंती। फरमाते जो मैं रात को बयान करके घर जाना सा ना, तो मैं दस्तक दिना सा, फरमाते अल्लाह की कसम लोगो सारे सुते होंगे सर, मेरी वडेरी जी माई जागती सी, तो मैं जो दस्तक दिना सा ना, तो माँ मैं पता की कहती सी, वे यूसुफा आ गए, वे यूसुफा आ गया। फरमाते मैं मुफ्ती ते पीर नाल ठंड नहीं सी पैंदी, जदों मां राती एक बजे कहती सी ना वे यूसुफा आ गया, मेरा कलेजा ठर जाता सी, ते जदों मां मर गई ना, ते गली दियां नुकरां नाल अलग अलग रोण, ते लोकां ने आख्या लामा साहब कोई गल नहीं चलो चली दा मेला सारियां जाना, ते लामा साहब फरमाते वो ते ठीक है चलो चली दा मेला, पर मैं रोना गावां मैनू राती यूसुफा कौन आखे।
ਮੈਨੂੰ ਯੂਸਫਾ ਕੌਣ ਕਹਿ ਕੇ ਪੁਕਾਰੇਗਾ। ਛੋਟੇ ਹੁੰਦਿਆਂ ਬੱਚੇ ਲੜਦੇ ਨੇ, ਅੰਮਾ ਮੇਰੀ ਏ, ਅੱਬਾ ਮੇਰਾ, ਮੈਂ ਮਾਂ ਕੋਲ ਸੋਣਾ, ਮੈਂ ਬਾਪ ਕੋਲ ਸੋਣਾ, ਮੈਂ ਮਾਂ ਕੋਲ ਸੋਣਾ, ਮੈਂ ਮਾਂ ਕੋਲ ਸੋਣਾ, ਮਾਂ ਮੇਰੀ ਏ, ਮਾਂ ਮੇਰੀ ਏ। ਜੂੰ ਹੀ ਪੁੱਤਰ ਜਵਾਨ ਹੋ ਜਾਣ ਤੇ ਫਿਰ ਵੱਡੇ ਉਹ ਕਹਿੰਦੇ ਨੇ, ਅੰਮਾ ਨੂੰ ਤੂੰ ਰੱਖ ਲੈ, ਬਾਬੇ ਨੂੰ ਤੂੰ ਰੱਖ ਲੈ, ਬਾਬੇ ਨੂੰ ਤੂੰ ਰੱਖ ਲੈ। ਉਹ ਬਦਬਖਤ, ਤੂੰ, ਤੈਨੂੰ ਪਤਾ ਹੀ ਨਹੀਂ ਕਿ ਮਾਂ ਇੱਕ ਵਾਰੀ ਹੱਥ ਚੁੱਕ ਲਵੇ ਤਾਂ ਦੁਨੀਆਂ ਦੇ ਉੱਤੇ ਪੁੱਤਰ ਦਾਤਾ ਤੇ ਫਰੀਦ ਬਣ ਜਾਂਦਾ। ਮੇਰੇ ਇੱਕ ਦੋਸਤ ਨੇ, ਉਹਨਾਂ ਦੀ ਵਾਲਦਾ ਫੋਤ ਹੋ ਗਈ, ਕੋਈ ਵੀ ਨਹੀਂ, ਬਾਪ ਪਹਿਲੇ ਹੀ ਫੋਤ ਹੋ ਗਿਆ। ਤੇ ਲਾਮਾ ਸਾਹਿਬ ਫਰਮਾਉਂਦੇ ਨੇ ਕਿ ਇੱਕ ਦੋਸਤ ਸਾਡੇ ਘਰ ਆਏ ਸੀ, ਉਹਨਾਂ ਦੇ ਘਰ ਗਏ, ਤੇ ਜਦੋਂ ਅਸੀਂ ਘਰ ਗਏ ਤੇ ਅਸੀਂ ਕੀ ਵੇਖਿਆ ਕਿ ਬਾਹਰ ਵਾਲਾ ਜਿਹੜਾ ਗੇਟ ਨਾ, ਉਸ ਤੋਂ ਜਿਹੜਾ ਅੰਦਰ ਵਾਲਾ ਗੇਟ ਕਮਰੇ ਦਾ, ਉਹਦੇ ਵਿੱਚ ਉਹਨਾਂ ਨੇ ਨਾ ਜੁੱਤੀ ਟੰਗੀ, ਜੁੱਤੀ ਟੰਗੀ। ਤੇ ਅਸੀਂ ਪੁੱਛਿਆ ਕਿ ਹਜ਼ੂਰ ਇਹ ਕੀ ਵਜ੍ਹਾ ਹੈ ਤੁਸੀਂ ਜੁੱਤੀ ਟੰਗੀ ਹੈ? ਫਰਮਾਉਂਦੇ ਮੇਰੀ ਮਾਂ ਦੀ ਜੁੱਤੀ ਹੈ, ਜਦੋਂ ਮੈਂ ਕਮਰੇ 'ਚ ਜਾਂਦਾ ਤੇ ਮੈਂ ਚੁੰਮ ਕੇ ਜਾਂਦਾ। ਫਰਮਾਉਂਦੇ ਮੇਰੀ ਮਾਂ ਦੀ ਜੁੱਤੀ, ਮੈਂ ਜਦੋਂ ਜਾਂਦਾ ਚੁੰਮ ਕੇ ਜਾਂਦਾ। ਅੱਲਾ ਦੀ ਇੱਜ਼ਤ ਦੀ ਕਸਮ ਹੈ, ਮੈਂ ਆਪਣੀ ਗੱਲ ਸੁਣਾ ਰਿਹਾ। ਮੈਂ ਰਾਤ ਨੂੰ ਸਰਦੀਆਂ ਦੇ ਦਿਹਾੜੇ ਵਿੱਚ ਜਦੋਂ ਬਿਆਨ ਕਰਨ ਵਾਸਤੇ ਜਾਂਦਾ ਨਾ, ਤੇ ਸਾਰੇ ਕੁਝ ਵੀ ਨਹੀਂ, ਕੋਈ ਨਹੀਂ ਪੁੱਛਦਾ, ਲੇਕਿਨ ਮੇਰੀ ਮਾਂ ਕਹਿੰਦੀ, ਪੁੱਤਰ ਜਰਸੀ ਪਾਈ ਆ, ਥੱਲੇ ਕੋਈ ਚੀਜ਼ ਪਾਈ ਆ। ਤੇ ਮੈਂ ਕਹਿੰਦਾ, ਮਾਂ ਜਦੋਂ ਮੈਂ ਬਿਆਨ ਕਰਨਾ ਤੇ ਮੈਨੂੰ ਪਸੀਨਾ ਆ ਜਾਂਦਾ, ਤੇ ਮੇਰਾ ਦਿਲ ਕਰਦਾ ਮੈਂ ਵੀ ਲਾਵਾਂ। ਆਖਿਆ, ਪੁੱਤਰ ਨਹੀਂ, ਤੂੰ ਇੰਜ ਵੀ ਇੰਜ ਹੀ ਲੱਗਾ ਰਹਿਣਾ, ਤੇਰੀ ਆਦਤ ਨਹੀਂ ਪਾਉਣ ਦੀ, ਤੂੰ ਜਰਸੀ ਪਾ ਕੇ ਜਾ, ਤੂੰ ਉੱਤੇ ਕੋਈ ਚੀਜ਼ ਪਾ ਕੇ ਜਾ। ਇਹ ਤੇ ਉਦੋਂ ਪੁੱਛੋ ਨਾ ਜਿਹਦੀ ਮਾਂ ਹੀ ਕੋਈ ਨਹੀਂ। ਮੇਰੇ ਹਜ਼ੂਰ ਇੰਜ ਕਰਕੇ ਕਾਬੇ ਦੀ ਦੀਵਾਰ ਨਾਲ ਬਹਿ ਕੇ ਰੋਈ ਜਾ, ਰੋਈ ਜਾਣ। ਸਿਆਬਾ ਕਹਿੰਦੇ ਨੇ, ਆਕਾ ਆਪਣੀਆਂ ਜਾਨਾਂ ਮਾਰ ਦੀ, ਔਲਾਦਾਂ ਮਾਰ ਦੀ, ਕਿਉਂ ਰੋਂਦੇ ਹੋ? ਮੇਰੇ ਹਜ਼ੂਰ ਫਰਮਾਉਂਦੇ, ਜੀ ਮੈਨੂੰ ਮਾਂ ਦੀ ਯਾਦ ਆ ਰਹੀ ਹੈ। ਲੋਕ ਮੇਰੇ ਉੱਤੇ ਉਜਰੀਆਂ ਸੁੱਟਦੇ ਨੇ, ਲੋਕ ਮੈਨੂੰ ਮੇਰੇ ਉੱਤੇ ਕੰਡੇ ਸੁੱਟਦੇ ਨੇ, ਅੱਜ ਮੈਨੂੰ ਮਾਂ ਦੀ ਯਾਦ ਆ ਰਹੀ ਹੈ। ਕਾਸ਼ ਮੇਰੀ ਮਾਂ ਹੁੰਦੀ, ਮੇਰੇ ਉੱਤੇ, ਮੇਰੇ ਨਾਲ ਕੋਈ ਇੰਜ ਨਾ ਕਰਦਾ। ਮੇਰੇ ਹਜ਼ੂਰ ਫਰਮਾਉਂਦੇ, ਮੇਰੇ ਸਿਹਾਬਾ, ਮੈਂ ਸ਼ਾਹ ਦੀ ਨਮਾਜ਼ ਪੜ੍ਹਾਉਂਦਾ ਹੁੰਦਾ, ਮੇਰੀ ਮਾਂ ਮੈਨੂੰ ਹੁਜਰੇ ਚੋਂ ਆਵਾਜ਼ ਮਾਰਦੀ, ਹਾਂ ਪੁੱਤਰ ਮੁਹੰਮਦ ਮੇਰੀ ਗੱਲ ਤੇ ਸੁਣ, ਮੈਂ ਨਮਾਜ਼ ਤੋੜ ਕੇ ਮਾਂ ਦੇ ਕਦਮਾਂ 'ਚ ਡਿੱਗ ਪੈਂਦਾ, ਮੈਂ ਨਮਾਜ਼ ਤੋੜ ਕੇ ਮਾਂ ਦੇ ਕਦਮਾਂ 'ਚ ਡਿੱਗ ਪੈਂਦਾ। ਉਹ ਭਾਈ, ਮੈਂ ਤੁਹਾਡੇ ਸਾਹਮਣੇ ਹੱਥ ਜੋੜਨਾ ਵਾ, ਮੈਂ ਤੁਹਾਡੇ ਸਾਹਮਣੇ ਇਕੱਲੇ ਬੰਦਾ ਤੁਹਾਡੇ ਇੰਨਿਆਂ ਦੇ ਹੱਥ ਜੋੜਨਾ, ਮੇਰੀ ਸ਼ਾਨ 'ਚ ਤੁਹਾਡੇ ਇੰਨੇ ਅੱਗੇ ਹੱਥ ਜੋੜੇ, ਦੱਸੋ ਮੇਰੀ ਸ਼ਾਨ 'ਚ ਕੋਈ ਫਰਕ ਆ ਗਿਆ? ਜੇ ਮੇਰੇ ਇਕੱਲੇ ਨੇ ਇੰਨੇ ਅੱਗੇ ਹੱਥ ਜੋੜੇ ਨੇ, ਮੇਰੀ ਸ਼ਾਨ 'ਚ ਕੋਈ ਫਰਕ ਨਹੀਂ ਨਾ ਆਇਆ? ਜਿਨ੍ਹਾਂ ਦੀ ਮਾਈ ਨਾਰਾਜ਼ ਹੈ ਨਾ, ਬਾਬਾ ਨਾਰਾਜ਼ ਹੈ। ਇੰਝ ਕਰਕੇ ਆਖੋ, ਮਾਂ ਰਾਜ਼ੀ ਹੋ ਜਾ, ਬਾਬਾ ਰਾਜ਼ੀ ਹੋ ਜਾ। ਅੱਲਾ ਦੀ ਇੱਜ਼ਤ ਦੀ ਕਸਮ, ਜੇ ਬਾਪ ਰਾਜ਼ੀ ਹੋ ਗਿਆ ਨਾ, ਜੇ ਮਾਂ ਰਾਜ਼ੀ ਹੋ ਗਈ, ਅੱਲਾ ਦੀ ਇੱਜ਼ਤ ਦੀ ਕਸਮ, ਵੇਖੋ ਵੀ ਦੁਨੀਆਂ 'ਚ ਕਿਵੇਂ ਰੰਗ ਲੱਗਦੇ, ਕਿਵੇਂ ਰੰਗ ਲੱਗਦੇ ਜੀ। ਬਸ ਮੇਰੇ ਦੋਸਤੋ, ਮੈਂ ਇਹ ਆਖਰੀ ਪੈਗਾਮ ਪਹੁੰਚਾਉਣਾ ਸੀ, ਆਪਣੇ ਮਾਂ ਪਿਓ ਦੀ ਕਦਰ ਕਰੋ ਔਰ ਨਮਾਜ਼ ਦੀ ਪਾਬੰਦੀ ਕਰੋ ਔਰ ਅੱਲਾ ਦੀ ਬਾਰਗਾਹ 'ਚ ਆਓ। ਉਹ ਬੜਾ ਬੇਨਿਆਜ਼ ਹੈ, ਉਹ ਕਹਿੰਦਾ, ਬੰਦਿਆ ਤੂੰ ਜਿੰਜਦਾ ਵੀ ਹੈ, ਜੋ ਵੀ ਹੈ, ਤੂੰ ਆ ਜਾ। ਇੱਕ ਵਾਰੀ ਸਰ ਸਜਦੇ ਝੁਕਾ ਕੇ, ਰੱਬ ਮੈਂ ਤੇਰਾ ਮੁਜਰਮ ਆ ਗਿਆ। ਅੱਲਾ ਫਰਮਾਉਂਦਾ ਸੀ, ਇੰਜ ਗੁਨਾਹਾਂ ਤੂੰ ਪਾਕ ਕਰਾਂਗੇ ਜਿਵੇਂ ਪਹਿਲੇ ਦਿਨ ਮਾਂ ਦੇ ਪੇਟ 'ਚ ਬੱਚਾ ਪੈਦਾ ਹੁੰਦਾ। ਅੱਲਾ ਰੱਬੁਲ ਇੱਜ਼ਤ ਦੀ ਬਾਰਗਾਹ ਦੇ ਅੰਦਰ ਦੁਆਏ, ਅੱਲਾ ਸੁਣ ਸਾਰਿਆਂ ਨੂੰ, ਅਮਲ ਦੀ ਤੋਫੀਕ ਅਤਾ ਫਰਮਾਏ। ਜ਼ਿੰਦਾ ਰਹੋ ਤੋ ਐਸੇ ਕਿ ਦੁਨੀਆ ਇਹਤਰਾਮ ਕਰੇ, ਮਰੋ ਤੋ ਐਸੇ ਕਿ ਦੁਸ਼ਮਣ ਵੀ ਸਲਾਮ ਕਰੇ। ਵਮਾ ਅਲੈਨਾ ਇਲਾ